ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸ਼ਾਂਤੀ ਦਾਦੀ ਚੈਨਲ ਦੇ ਉੱਪਰ। ਤੇ ਅੱਜ ਆਪਾਂ ਬਣਾਵਾਂਗੇ ਜੀ ਕੌਰ ਦੁਮਿਆਂ ਦੀ ਪੰਜੀਰੀ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਕੌਰ ਦੁਮੇ ਹੁੰਦੇ ਆ ਤੇ ਜ਼ਿਆਦਾਤਰ ਪੁਰਾਣੀ ਖੇਤਾਂ ਦੇ ਵਿੱਚ ਮਿਲਦੇ ਆ। ਤੇ ਇਹਨਾਂ ਦੀ ਪੰਜੀਰੀ ਬਣਾ ਕੇ ਆਪਾਂ ਇਹ ਜੋੜਾਂ ਦੇ ਦਰਦਾਂ ਵਾਲਿਆਂ ਲਈ ਆਪਾਂ ਤਿਆਰ ਕਰ ਸਕਦੇ ਹਾਂ, ਜਿਨ੍ਹਾਂ ਦੇ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ ਜਾਂ ਗਠੀਆ ਬਾ ਵਗੈਰਾ ਦੀ ਪ੍ਰੋਬਲਮ ਹੈ ਉਹਨਾਂ ਨੂੰ, ਤੇ ਉਹ ਇਸ ਤਰ੍ਹਾਂ ਦੀ ਪੰਜੀਰੀ ਹੈ ਜਿਹੜੀ ਕੌਰ ਦੁਮਿਆਂ ਦੀ ਬਣਾ ਕੇ ਖਾ ਸਕਦੇ ਹੈ, ਕਿਉਂਕਿ ਇਹ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਕਾਰਗਰ ਨੁਸਖਾ ਹੈ ਜਿਹੜਾ ਆਪਾਂ ਇਹ ਵਰਤ ਸਕਦੇ ਹਾਂ ਘਰੇ। ਤੇ ਇਹਨੂੰ ਪੰਜੀਰੀ ਨੂੰ ਜਿਹੜਾ ਬਣਾਉਣਾ ਬਹੁਤ ਹੀ ਆਸਾਨ ਹੈ। ਤੇ ਚਲੋ ਜੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ। ਕੌੜ ਤੁੰਮੇ ਦੀ ਪੰਜੀਰੀ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਸਰ੍ਹੋਂ ਦਾ ਤੇਲ। ਇਹ ਸਰ੍ਹੋਂ ਦਾ ਤੇਲ ਹੈ ਜਿਹੜਾ ਆਪਾਂ ਘਰ ਦਾ ਕੱਢਿਆ ਹੋਇਆ ਪਿਓਰ ਤੇਲ ਲੈਣਾ, ਅਤੇ ਇਹ ਆਪਾਂ 2 ਲੀਟਰ ਤੇਲ ਲੈਣਾ, ਕਿਉਂਕਿ ਕੌੜ ਤੁੰਮਿਆਂ ਜਿਹੜੇ ਉਹ 1.5 ਕਿਲੋ ਹੈਗੇ। 1.5 ਕਿਲੋ ਕੌੜ ਤੁੰਮਿਆਂ ਲਈ 2 ਲੀਟਰ ਤੇਲ ਆਪਾਂ ਲੈਣਾ। ਹੁਣ ਆਪਾਂ ਸਰ੍ਹੋਂ ਦੇ ਤੇਲ ਨੂੰ ਪੂਰਾ ਕਾੜਨਾ, ਅਤੇ ਇਹਦੇ ਵਿੱਚੋਂ ਜਿਹੜਾ ਕੱਚਾ ਪਾਣਾ ਉਹ ਖਤਮ ਕਰਨਾ ਚੰਗੀ ਤਰ੍ਹਾਂ। ਦੂਸਰੀ ਸਾਈਡ ਆਪਾਂ 1.5 ਕਿਲੋ ਕੌੜ ਤੁੰਮੇ ਲਏ ਹੈ। ਇਹ ਕੌੜ ਤੁੰਮਿਆਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ, ਅਤੇ ਫਿਰ ਆਪਾਂ ਜਿਹੜਾ ਪਾਣੀ ਆ ਉਹ ਚੰਗੀ ਤਰ੍ਹਾਂ ਕੌੜ ਤੁੰਮਿਆਂ ਦੇ ਉੱਪਰੋਂ ਸਾਫ਼ ਕਰ ਦਿੱਤਾ। ਹੁਣ ਆਪਾਂ ਇਹ ਕੌੜ ਤੁੰਮਿਆਂ ਦੇ 4-4 ਪੀਸਿਸ ਕਰਕੇ ਇਹਨਾਂ ਨੂੰ 4-4 ਪੀਸਿਸ ਦੇ ਵਿੱਚ ਕੱਟ ਲੈਣਾ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ 4-4 ਪੀਸਿਸ ਕੱਟ ਲੈਣੇ ਆ ਸਾਰੇ ਕੌੜ ਤੁੰਮਿਆਂ ਦੇ। ਜੇ ਕੋਈ ਕੌੜ ਤੁੰਮਾ ਵੱਡਾ ਤਾਂ ਉਹਦੇ ਪੀਸਿਸ ਤੁਸੀਂ ਜ਼ਿਆਦਾ ਵੀ ਕਰ ਸਕਦੇ ਹੋ। ਲਓ ਜੀ ਸਾਰੇ ਕੌੜ ਤੁੰਮੇ ਆਪਾਂ ਜਿਹੜੇ ਉਹ 4-4 ਪੀਸਿਸ ਦੇ ਵਿੱਚ ਕੱਟ ਲਏ ਹੈ। ਥੋੜ੍ਹੀ ਜਿਹੀ ਕਲਿੱਪ ਹੈ ਜਿਹੜੀ ਉਹ ਸਕਿੱਪ ਹੋ ਗਈ, ਤਾਂ ਕਰਕੇ ਆਪਾਂ ਵੀਡੀਓ ਇੱਥੋਂ ਸ਼ੁਰੂ ਕੀਤੀ ਹੈ। ਜਿਵੇਂ ਆਪਣਾ ਘਿਓ ਹੈ ਜਿਹੜਾ ਤੇਲ ਹੈ ਉਹ ਚੰਗੀ ਤਰ੍ਹਾਂ ਗਰਮ ਹੋ ਜਾਂਦਾ ਹੈ, ਤਾਂ ਆਪਾਂ ਇਹ ਜਿਹੜੇ ਪੀਸਿਸ ਕੱਟੇ ਹੈ ਉਹ ਆਪਾਂ ਤੇਲ ਦੇ ਵਿੱਚ ਪਾਉਣੇ ਸ਼ੁਰੂ ਕਰ ਦੇਣੇ ਹੈ। ਅਤੇ ਜਿਵੇਂ ਆਪਾਂ ਇਹ ਜਿਹੜੇ ਪੀਸਿਸ ਤੇਲ ਦੇ ਵਿੱਚ ਪਾਉਣੇ ਹੈ ਅਤੇ ਫਲੇਮ ਹੈ ਜਿਹੜੀ ਉਹ ਆਪਾਂ ਬਿਲਕੁਲ ਲੋ ਰੱਖਣੀ ਹੈ। ਜੇਕਰ ਆਪਾਂ ਜ਼ਿਆਦਾ ਗਰਮ ਤੇਲ ਦੇ ਵਿੱਚ ਅਤੇ ਜ਼ਿਆਦਾ ਫਲੇਮ ਦੇ ਉੱਪਰ ਇਹ ਪੀਸਿਸ ਆਪਾਂ ਤੇਲ ਦੇ ਵਿੱਚ ਪਾਉਣੇ ਹੈ ਤਾਂ ਤੇਲ ਹੈ ਜਿਹੜਾ ਉਹ ਬਾਹਰ ਨਿਕਲਣ ਲੱਗ ਜਾਂਦਾ ਹੈ, ਤਾਂ ਕਰਕੇ ਫਲੇਮ ਹੈ ਜਿਹੜੀ ਉਹ ਲੋ ਰੱਖਣੀ ਹੈ। ਹੁਣ ਆਪਾਂ ਇਹ ਕੌੜ ਤੁੰਮਿਆਂ ਨੂੰ ਉਦੋਂ ਤੱਕ ਤੇਲ ਦੇ ਵਿੱਚ ਪੂਰਾ ਪਕਾਉਣਾ ਹੈ ਜਦੋਂ ਤੱਕ ਇਹ ਕੌੜ ਤੁੰਮਿਆਂ ਜਿਹੜੇ ਬਿਲਕੁਲ ਕਾਲੇ ਨਹੀਂ ਹੋ ਜਾਂਦੇ। ਤੁਸੀਂ ਦੇਖ ਸਕਦੇ ਹੋ ਤੇਲ ਦਾ ਰੰਗ ਪੀਲੇ ਤੋਂ ਹਰਾ ਹੋਣ ਲੱਗ ਗਿਆ, ਅਤੇ ਇਹਨੂੰ ਆਪਾਂ ਲੋਅ ਫਲੇਮ ਦੇ ਉੱਪਰ ਇਸੇ ਤਰ੍ਹਾਂ ਹੀ ਪਕਾਉਂਦੇ ਰਹਿਣਾ। ਤੁਸੀਂ ਦੇਖ ਸਕਦੇ ਹੋ ਥੋੜ੍ਹੇ ਥੋੜ੍ਹੇ ਜਿਹੜੇ ਆਪਣੇ ਕੌੜ ਤੁੰਮੇ ਆ ਉਹ ਕਾਲੇ ਹੋਣੇ ਸ਼ੁਰੂ ਹੋ ਗਏ ਹੈ। ਤੁਸੀਂ ਦੇਖ ਸਕਦੇ ਹੋ ਕੌੜ ਤੁੰਮੇ ਜਿਹੜੇ ਬਿਲਕੁਲ ਕਾਲੇ ਹੋ ਚੁੱਕੇ ਹੈ, ਅਤੇ ਇਹਨਾਂ ਦੇ ਵਿੱਚ ਬਿਲਕੁਲ ਵੀ ਬਬਲ ਨਹੀਂ ਉੱਠਦੇ, ਅਤੇ ਹੁਣ ਇਹ ਜਿਹੜੇ ਕੌੜ ਤੁੰਮੇ ਬਿਲਕੁਲ ਆਪਣਾ ਸਾਰਾ ਅਸਰ ਹੈ ਜਿਹੜੇ ਉਹ ਤੇਲ ਦੇ ਵਿੱਚ ਛੱਡ ਚੁੱਕੇ ਹੈ। ਹੁਣ ਆਪਾਂ ਇਹ ਕੌੜ ਤੁੰਮਿਆਂ ਨੂੰ ਇੱਕ ਛੰਨਣੀ ਦੇ ਨਾਲ ਬਾਹਰ ਕੱਢ ਲੈਣਾ। ਕੌੜ ਤੁੰਮਿਆਂ ਦਾ ਵੇਟ ਹੈ ਜਿਹੜਾ ਬਿਲਕੁਲ ਲਾਈਟ ਹੋ ਜਾਂਦਾ ਜਦੋਂ ਇਹ ਆਪਣਾ ਸਾਰਾ ਅਸਰ ਤੇਲ ਦੇ ਵਿੱਚ ਛੱਡ ਦਿੰਦੇ ਹੈ, ਤਾਂ ਤੁਸੀਂ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ। ਕੌੜ ਤੁੰਮਿਆਂ ਦੇ ਬੀਜ ਹੈ ਜਿਹੜੇ ਉਹ ਤੇਲ ਦੇ ਨੀਚੇ ਬੈਠ ਜਾਂਦੇ ਆ, ਤੁਸੀਂ ਦੇਖ ਸਕਦੇ ਹੋ ਉਹਨੂੰ ਵੀ ਆਪਾਂ ਇਸ ਤਰ੍ਹਾਂ ਬਾਹਰ ਕੱਢ ਦੇਣਾ। ਕੌੜ ਤੁੰਮਿਆਂ ਦੇ ਸਾਰੇ ਪੀਸਿਸ ਆਪਾਂ ਬਾਹਰ ਕੱਢ ਲਏ ਹੈ, ਹੁਣ ਆਪਾਂ ਤੇਲ ਨੂੰ ਥੋੜ੍ਹਾ ਜਿਹਾ ਠੰਡਾ ਹੋਣ ਦੇਵਾਂਗੇ। ਪੰਦਰਾਂ 20 ਮਿੰਟਾਂ ਬਾਅਦ ਤੁਸੀਂ ਦੇਖ ਸਕਦੇ ਹੋ ਤੇਲ ਹੈ ਜਿਹੜਾ ਥੋੜ੍ਹਾ ਜਿਹਾ ਠੰਡਾ ਹੋ ਗਿਆ, ਅਤੇ ਹੁਣ ਆਪਾਂ ਇਹਨੂੰ ਇੱਕ ਬਰਤਨ ਦੇ ਵਿੱਚ ਕੱਢ ਲੈਣਾ। ਬਰਤਨ ਦੇ ਵਿੱਚ ਕੱਢਣ ਤੋਂ ਪਹਿਲਾਂ ਆਪਾਂ ਇੱਕ ਛੰਨਣੀ ਹੈ ਜਿਹੜੀ ਬਰਤਨ ਦੇ ਉੱਪਰ ਰੱਖ ਲੈਣੀ ਹੈ, ਅਤੇ ਆਪਾਂ ਸਾਰਾ ਤੇਲ ਦੁਬਾਰੇ ਛਾਣ ਲੈਣਾ ਤਾਂ ਜੋ ਜਿਹੜੇ ਇਹਦੇ ਵਿੱਚ ਬੀਜ ਹੈ ਕੌੜ ਤੁੰਮਿਆਂ ਦੇ ਉਹ ਸਾਰੇ ਬਾਹਰ ਨਿਕਲ ਜਾਣ। 2 ਕਿਲੋ ਸਰ੍ਹੋਂ ਦਾ ਤੇਲ ਜਿਹੜਾ ਕੱਢ ਕੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕਿਆ, ਅਤੇ ਇਹ 1.5 ਕਿਲੋ ਰਹਿ ਗਿਆ, ਅਤੇ ਹੁਣ ਆਪਾਂ 1.5 ਕਿਲੋ ਤੇਲ ਦੀ ਆਪਾਂ ਪੰਜੀਰੀ ਤਿਆਰ ਕਰਾਂਗੇ। ਤੇਲ ਨੂੰ ਆਪਾਂ ਛਾਣ ਲਿਆ, ਤੁਸੀਂ ਦੇਖ ਸਕਦੇ ਹੋ ਕੜਾਹੀ ਦੇ ਵਿੱਚ ਬੀਜ ਹੈ ਜਿਹੜੇ ਉਹ ਬਾਕੀ ਰਹਿ ਗਏ ਹੈ, ਅਤੇ ਹੁਣ ਆਪਾਂ ਇਸੇ ਕੜਾਹੀ ਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣਾ।
साफ की हुई कड़ाही आप लो फ्लेम के उपर फिर चुले के उपर रख लेना तो जो तेल आप छाणिया से वह तेल आप कड़ाही दे विच पा लेना। डेढ़ किलो तेल की पंजीरी तैयार करने लिए आप सवा दो किलो बेसन लिया तो बेसन है जोड़ा वह मोटा होना चाहिए तो ये सारा बेसन आप तेल दे विच पावांगे। जो आप बेसन तेल दे विच पाउणा है तो फ्लेम है जिहड़ी वह बिल्कुल लो रखनी है। हुण आपां सारे बेसन नूं तेल दे विच चंगी तरह मिक्स कर लेना ते आपां बेसन नूं बिल्कुल भी तले दे नाल नहीं लगन देना। हुण आपां बेसन नूं लो फ्लेम दे उपर उदों तक पकाउणा है जदों तक बेसन दे विचों हल्की जी खुशबू नहीं आउण लग जांदी। तुसीं देख सकते हो जिवें आपां बेसन नूं थोड़ा जिहा भुन लिया तो इहदा कलर है जिहड़ा वह लाइट होना शुरू हो गया। अद्धा घंटा हो चुक्या आपां नूं लो फ्लेम दे उपर बेसन नूं पकाउंदे होए। तुसीं देख सकते हो इन्हें तेल छड्डना शुरू कर दिता है तो यह पक के तैयार हो चुका है। हुण आपां इह पेस्ट नूं चंगी तरह ठंडा कर लेना। जिमें पेस्ट ठंडा हो जाता है फिर आपां इहदे विच मिक्स करांगे शक्कर। शक्कर है जिहड़ी आपां एक किलो लैनी है। डेढ़ किलो तेल दे विच एक किलो शक्कर मिक्स करांगे। बाकी तुसीं अपने टेस्ट दे अकॉर्डिंग वध जां घट भी पा सकते हो। शक्कर नूं आपां गर्म पेस्ट दे विच मिक्स नहीं करना क्योंकि शक्कर दी पत्त बन जूगी जिहदे नाल अपनी पंजीरी है बिल्कुल खराब हो जूगी। हुण आपां हौली हौली पेस्ट दे विच सारी शक्कर है जिहड़ी उहनूं मिक्स कर लैणा। जेकर तुसीं चाहो तां इहदे विच कोई भी अपनी पसंद दे ड्राई फ्रूट्स वगैरह भी मिक्स कर सकदे हो। ते बजुर्गां दे लई ड्राई फ्रूट आपां तां नहीं मिक्स करदे क्योंकि बैठे हुए बजुर्गां नूं ड्राई फ्रूट है जिहड़े उह हजम नहीं आउंदे तां करके आपां इहदे विच ड्राई फ्रूट नहीं मिक्स कर रहे। जेकर तुसीं बजुर्गां नूं दे रहे हो तां ड्राई फ्रूट ना मिक्स करो। लो जी कौड़तुम्मे की पंजीरी है जिहड़ी बन के तैयार हो चुकी है तो यह सर्दियों के होने वाले जोड़ों के दर्दों लिए बहुत ज़्यादा वधिया नुस्खा है। तो तुसी भी घर के जरूर ट्राई करके देखियो तो वीडियो चंगी लगी हो वीडियो वध तो वध शेयर कर दिओ। मिलते हैं नवी रैसपी तो नवी वीडियो के नाल। तद तक लई सत श्री अकाल।